ਪਹਿਲਾਂ ਵੀ ਕਈ ਵਾਰ ਦੇਖਿਆ ਗਿਆ ਹੈ ਕਿ ਸਰਕਾਰ ਸੱਤਾ ਵਿੱਚ ਆਉਣ ਲਈ ਕਈ ਨਵੀਆਂ ਸਕੀਮਾਂ ਦੀ ਸ਼ੁਰੂਆਤ ਕਰ ਦਿੰਦੀ ਹੈ। ਸੱਤਾ ਵਿੱਚ ਆਉਣ ਤੋਂ ਬਾਅਦ ਉਹ ਸਾਰੀਆਂ ਸਕੀਮਾਂ ਨੂੰ ਭੁੱਲ ਜਾਂਦੇ ਨੇ। ਅਜਿਹਾ ਕੁਝ ਕੇਂਦਰ ਸਰਕਾਰ ਵੱਲੋਂ 2005 ਵਿੱਚ ਚਲਾਈ ਗਈ ਮਨਰੇਗਾ ਸਕੀਮ ਵਿੱਚ ਦੇਖਣ ਨੂੰ ਮਿਲਿਆ ਹੈ, ਜਿਸ ਵਿੱਚ ਸਰਕਾਰ ਵੱਲੋਂ ਪੇਂਡੂ ਖੇਤਰ ਦੇ ਲੋਕਾਂ ਨੂੰ 100 ਦਿਨ ਕੰਮ ਦੇ ਰੋਜ਼ਗਾਰ ਦੀ ਗਰੰਟੀ ਦਿੱਤੀ ਗਈ ਸੀ, ਪਰ ਨਾਭਾ ਹਲਕਾ 50 ਪਿੰਡਾਂ ਦੇ ਸੈਂਕੜੇ ਮਨਰੇਗਾ ਕਾਮਿਆਂ ਨੇ ਰੋਜ਼ਗਾਰ ਨਾ ਮਿਲਣ ਅਤੇ ਕੀਤੇ ਹੋਏ ਕੰਮ ਦੇ ਪੈਸੇ ਨਾ ਮਿਲਣ ਕਾਰਨ ਨਾਭਾ ਦੇ BDPO ਦਫ਼ਤਰ ਦਾ ਘਿਰਾਓ ਕੀਤਾ ਗਿਆ ਅਤੇ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਕਿਹਾ ਕਿ ਨਾ ਤਾਂ ਸਾਨੂੰ ਕੰਮ ਦਿੱਤਾ ਜਾ ਰਿਹਾ ਅਤੇ ਨਾ ਹੀ ਬੇਰੁਜ਼ਗਾਰੀ ਭੱਤਾ ਅਤੇ ਜੋ ਕੰਮ ਅਸੀਂ ਕੀਤਾ ਉਸ 'ਤੇ ਵੀ ਪੈਸੇ ਨਹੀਂ ਦਿੱਤੇ ਜਾ ਰਹੇ। ਮਨਰੇਗਾ ਕਾਮਿਆਂ ਵੱਲੋਂ ਕਈ ਘੰਟੇ BDPO ਦਫ਼ਤਰ ਦੇ ਕੰਮ ਨੂੰ ਠੱਪ ਰੱਖਿਆ ਗਿਆ ਹੈ। ਅਸੀਂ 2005 ਦੇ ਕੰਮ ਕਰਦੇ ਹਾਂ ਜੀ, ਸਾਨੂੰ ਕੋਈ ਪੈਸਾ ਨਹੀਂ ਆਇਆ ਜੀ। ਅਸੀਂ ਦਿਲੋਦਾਰ ਕੰਮ ਕਰਦੇ ਹਾਂ, ਘਰ ਛੱਡ ਕੇ ਇੱਥੇ ਆਉਂਦੇ ਹਾਂ, ਸਾਨੂੰ ਕੋਈ ਪੈਸਾ ਨਹੀਂ ਜੀ ਆਇਆ। ਸਾਤੋਂ ਕੰਮ ਇੰਨਾ ਕਰਵਾਇਆ ਜਾਂਦਾ ਜੀ, ਸਾਨੂੰ ਕੁਛ ਨਹੀਂ ਪਤਾ ਲੱਗ ਰਿਹਾ ਵੀ ਅਸੀਂ ਇੰਨਾ ਕੰਮ ਕਰਦੇ ਹਾਂ। ਹਾਂਜੀ, ਸਾਨੂੰ ਕੰਮ ਕੋਈ ਪੈਸਾ ਨਹੀਂ ਸਾਨੂੰ ਆਇਆ। ਅਸੀਂ 3-4 ਵਾਰੀ ਇੱਥੇ ਆ ਚੁੱਕੇ ਹਾਂ ਜੀ, ਅਤੇ ਬਾਕੀ ਧਰਨੇ ਜੀ ਬਹੁਤ ਆਏ ਨੇ, ਸਾਨੂੰ ਕੋਈ ਪੈਸਾ ਨਹੀਂ ਆਇਆ। ਅਸੀਂ ਇੰਨਾ ਕੰਮ ਕਰਦੇ ਹਾਂ, 4-4 ਵਾਰ ਤਾਂ ਸੂਆ ਸਮਾਰਤਾ ਜੀ ਅਸੀਂ ਨੇ, ਅਤੇ ਬਾਕੀ ਅਸੀਂ ਢਾਬ ਸਮਾਰਤੀ ਸਾਡੀ, ਅਤੇ ਮੜੀਆਂ ਦੇ ਟੋਭੇ ਸਮਾਰਤੇ ਜੀ, ਸ਼ਮਸ਼ਾਨ ਘਾਟ ਸਮਾਰਤੇ, ਸਾਨੂੰ ਜੀ ਬਿਲਕੁਲ ਕੋਈ ਪੈਸਾ ਨਹੀਂ ਆਉਂਦਾ। ਸਾਨੂੰ ਇੰਨੇ ਸਾਲ ਹੋ ਗਏ ਜੀ, ਘਰੋਂ ਬਾਹਰ ਛੱਡ ਕੇ ਆਉਂਦਿਆਂ ਨੂੰ, ਬੱਚਿਆਂ ਛੱਡ ਕੇ ਆਉਣ ਨੂੰ, ਡੰਗਰ ਬੱਸਾਂ ਛੱਡ ਕੇ ਆਉਂਦਿਆਂ ਨੂੰ, ਸਾਨੂੰ ਜੀ ਕੋਈ ਪੈਸਾ ਨਹੀਂ ਆਉਂਦਾ ਹੈਗਾ। ਸਾਡੇ 'ਤੇ ਕੋਈ, ਮੈਨੂੰ ਲੱਗਦਾ ਜੀ 365 ਕਾਠ ਬਣਿਆ ਵਾ ਜੀ, ਲਾ ਲਾ ਲਗਭਗ ਲਾ ਲਾ ਵੀ ਉਹ 'ਚੋਂ 5-7 ਨਹੀਂ ਆਉਂਦੇ ਹੋਣਗੇ, ਵੀ ਬਾਕੀ ਸਾਰੇ ਅਸੀਂ ਕੰਮ ਕਰਦੇ ਹਾਂ ਜੀ, ਦਿਲੋਂ ਤਾਰ ਕੰਮ ਕਰਦੇ ਹਾਂ ਸਾਡਾ। ਸਾਨੂੰ ਜੇ ਸਾਡੀ ਪੰਚਾਇਤ ਆ ਸਾਡੀ ਉਹ ਨਹੀਂ ਸੁਣਦੀ, ਵੋਟਾਂ ਵੇਲੇ ਸਾਨੂੰ ਬਹੁਤ ਸੁਣਦੇ ਨੇ ਜੀ, ਸਾਡੇ ਘਰੇ ਸ਼ਰਾਬਾਂ ਆਉਂਦੀਆਂ ਨੇ, ਸਾਡੇ ਬੱਚੇ ਖਰਾਬ ਕਰਤੇ ਜੀ ਪਾਰਟੀਆਂ ਨੇ, ਸਾਡਾ ਬੁਰਾ ਹਾਲ ਕਰਤਾ ਜੀ, ਸਾਨੂੰ ਕੋਈ, ਸਾਡਾ ਇਹ ਹੈ ਨਹੀਂ ਕੋਈ ਧਿਰਗਾ ਸਾਡਾ ਕੋਈ, ਸਾਡਾ ਤਾਂ ਇਹ ਕੰਮ ਹੋਇਆ ਵਾ ਵੀ ਇੱਧਰੋਂ ਸਾਨੂੰ ਤੁਸੀਂ ਟਰੱਕ ਭਰ ਭਰ ਸਰਕਾਰ ਸਾਨੂੰ ਨਹਿਰੀਆਂ ਛੱਟਿਆ ਵੇ, ਸਾਡਾ ਇਹ ਬੁਰਾ ਹਾਲ ਹੋਇਆ ਵਾ। ਇੱਦੋਂ ਉੱਪਰ ਦੀ ਅਸੀਂ ਕਹਿ ਕੀ ਸਕੀਏ, ਅਸੀਂ ਕਿਹਨੂੰ ਰੋ ਕੇ ਸੁਣਾਈਏ, ਸਾਡੀ ਕੋਈ ਨਹੀਂ ਸੁਣਦਾ। ਅਸੀਂ ਬੇਦੁਖੀ ਹਾਂ ਜੀ, ਘਰੋਂ ਬੇਘਰ ਹੋਏ ਪਏ ਹਾਂ, ਘਰਾਂ ਸਾਡੇ ਦੇਖੋ ਜਾ ਕੇ ਟੋਣੇ ਹੋਏ ਪਏ ਨੇ ਜੀ। 2 ਸਾਲ ਹੋ ਗਏ ਜੀ, ਸੂਆ ਮਾਂਜਿਆ ਸੀ, ਉਹ ਪੈਸੇ ਮਾਂਜੇ, ਉਹ ਮੜੀਆਂ ਮਾਂਜੀਆਂ, 28 ਦਿਨ ਲੱਗੇ ਤੇ ਇੱਕ ਜਵਾਨੀ ਨਹੀਂ ਮਿਲੀ, ਵਿੱਚ ਮਿਲ ਵੀ ਗਏ, ਵਿੱਚ ਮਿਲੇ ਵੀ ਨਹੀਂ। ਇਸ ਮੌਕੇ IDP ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਮਨਰੇਗਾ ਕਾਮਿਆਂ ਨੂੰ ਕਾਨੂੰਨ ਮੁਤਾਬਕ ਕੰਮ ਨਹੀਂ ਮਿਲ ਰਿਹਾ ਅਤੇ ਪੜ੍ਹੇ ਲਿਖੇ ਦਫ਼ਤਰ ਦੇ ਅਫਸਰ ਕੰਮ ਨਹੀਂ ਦੇ ਰਹੇ, ਜਦਕਿ ਅਨਪੜ੍ਹ ਔਰਤਾਂ ਕੰਮ ਦੀ ਮੰਗ ਕਰ ਰਹੀਆਂ ਨੇ। ਉਹਨਾਂ ਨੇ ਕਿਹਾ ਕਿ ਮਨਰੇਗਾ ਮਜ਼ਦੂਰਾਂ ਨੂੰ ਅਜੇ ਤੱਕ ਕਈ ਸਾਲਾਂ ਦੇ ਪੈਸੇ ਨਹੀਂ ਮਿਲੇ ਅਤੇ ਜੇਕਰ ਉਹਨਾਂ ਦੀਆਂ ਮੰਗਾਂ ਨੂੰ ਨਾ ਮੰਨਿਆ ਗਿਆ ਤਾਂ ਉਹਨਾਂ ਵੱਲੋਂ ਇਹ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ। ਅਸੀਂ 15-7-2019 ਨੂੰ ਇਹ ਲੋਕਾਂ ਨੇ ਕਾਨੂੰਨ ਮੁਤਾਬਕ ਕੰਮ ਦੀ ਅਰਜ਼ੀ ਦਿੱਤੀ ਸੀਗੀ ਕਿ ਸਾਨੂੰ ਕੰਮ ਦਿੱਤਾ ਜਾਵੇ 1-8-2019 ਤੋਂ 50 ਦਿਨ ਦਾ, ਅੱਜ 29 ਦਿਨ ਲੱਗ ਗਏ, ਨਾ ਇਹਨਾਂ ਨੂੰ ਨਿਯੁਕਤੀ ਪੱਤਰ ਦਿੱਤਾ ਨਾ ਕੰਮ ਦਿੱਤਾ। ਅੱਗੇ ਕਾਨੂੰਨ ਮੁਤਾਬਕ ਹੀ ਹੈ, ਸਾਨੂੰ ਜਿਹੜਾ ਐਕਟ ਹੈ ਉਹ ਇਹ ਕਹਿੰਦਾ ਕਿ ਜਾਂ ਕੰਮ ਦਿਓ ਜਾਂ ਬੇਰੁਜ਼ਗਾਰੀ ਭੱਤਾ ਦਿਓ, ਨਾ ਬੇਰੁਜ਼ਗਾਰੀ ਭੱਤੇ ਦੀ ਅਰਜ਼ੀ ਫੜ ਰਹੇ ਨੇ ਅੱਜ ਅਤੇ ਨਾ ਇਹ ਕੰਮ ਦਿੱਤਾ, ਨਾ ਅੱਗੇ ਕੰਮ ਦੇਣ ਦੀ ਗੱਲ ਕਰਦੇ ਨੇ। ਕਾਨੂੰਨ ਨੂੰ ਇਹ ਅਨਪੜ੍ਹ ਲੋਕ ਲਾਗੂ ਕਰਾਉਣ ਦੀ ਗੱਲ ਕਰਦੇ ਨੇ, ਪੜ੍ਹੇ ਲਿਖੇ ਲੋਕ ਕਾਨੂੰਨ ਤੋੜ ਰਹੇ ਨੇ, ਦੱਸੋ ਕੀ ਹਾਲ ਹੋਏਗਾ ਸੋਸਾਇਟੀ ਦਾ। ਜਦਕਿ ਅੱਜ ਤੱਕ ਇਹ ਹੁੰਦਾ ਕਿ ਜਿਹੜੇ ਪੜ੍ਹੇ ਲਿਖੇ ਨੇ ਅਧਿਕਾਰੀ ਨੇ ਉਹ ਕਾਨੂੰਨ ਲਾਗੂ ਕਰਾਉਂਦੇ ਨੇ, ਅਨਪੜ੍ਹ ਲੋਕਾਂ ਤੋਂ ਕਾਨੂੰਨ ਟੁੱਟ ਜਾਂਦਾ ਕਿਉਂਕਿ ਪਤਾ ਨਹੀਂ ਹੁੰਦਾ ਉਹਨਾਂ ਨੂੰ। ਇੱਥੇ ਅੱਧ ਉਲਟ ਹੋਇਆ ਹੋਇਆ, ਸਾਰੇ ਪਿੰਡਾਂ ਦੀਆਂ ਮਾਈਆਂ ਭੈਣਾਂ ਅਨਪੜ੍ਹ ਲੋਕ ਉਹ ਕਹਿੰਦੇ ਨੇ ਕਾਨੂੰਨ ਮੁਤਾਬਕ ਕੰਮ ਦਿਓ, ਹੱਥ ਬੰਨ ਕੇ ਬੇਨਤੀ ਹੈ। ਕਾਨੂੰਨ ਇਹ ਕਹਿੰਦਾ ਕਿ 14 ਦਿਨ ਤੋਂ ਘੱਟ ਕੰਮ ਨਹੀਂ ਦਿੱਤਾ ਜਾ ਸਕਦਾ ਅਤੇ ਤੁਸੀਂ ਵੱਧ ਤੋਂ ਵੱਧ 100 ਦਿਨ ਦਾ ਕੰਮ ਵੀ ਮੰਗ ਸਕਦੇ ਹੋ। ਇਹ ਉਸ ਤਰੀਕੇ ਨਾਲ ਕਾਨੂੰਨ ਮੁਤਾਬਕ ਕਰਨਾ ਹੀ ਨਹੀਂ ਚਾਹੁੰਦੇ, ਇਸ ਲਈ ਅੱਜ ਇਹ ਪ੍ਰੋਟੈਸਟ ਹੈ। ਜੇਕਰ ਇਹਨੂੰ ਠੀਕ ਨਹੀਂ ਸੁਣਿਆ ਜਾਏਗਾ ਤਾਂ ਅੱਗੇ ਦੀ ਜ਼ਿੰਮੇਵਾਰੀ BDPO ਦਫ਼ਤਰ ਦੀ ਹੋਏਗੀ, ਅਗਲਾ ਜੋ ਵੀ ਇੱਥੇ ਇਹ ਮਤਲਬ ਫੈਸਲਾ ਹੋਏਗਾ ਉਹਦੇ ਮੁਤਾਬਕ ਕੀਤਾ ਜਾਏਗਾ। ਜਦੋਂ ਕੋਈ ਮਜ਼ਦੂਰ ਮਨਰੇਗਾ ਮਜ਼ਦੂਰ ਕੰਮ ਦੀ ਡਿਮਾਂਡ ਕਰਦਾ ਹੈ ਅਤੇ ਉਹਨੂੰ 15 ਦਿਨਾਂ ਵਿੱਚ BDPO ਨੇ ਸੂਚਿਤ ਕਰਕੇ ਕੰਮ ਦੇਣਾ ਹੁੰਦਾ, ਅਸੀਂ ਕਹਿੰਦੇ ਵੀ ਸਾਨੂੰ ਸੂਚਿਤ ਕਰਕੇ ਕੰਮ ਦਿੱਤਾ ਜਾਵੇ, ਨਾ ਤਾਂ ਸਾਨੂੰ ਹਾਲ ਤੱਕ ਸੂਚਿਤ ਕਰਕੇ ਕੰਮ ਦਿੱਤਾ ਗਿਆ ਅਤੇ ਨਾ ਬੇਰੁਜ਼ਗਾਰੀ ਭੱਤੇ ਦੀਆਂ ਐਪਲੀਕੇਸ਼ਨਾਂ ਫੜਨ ਨੂੰ BDPO ਤਿਆਰ ਨੇ। ਪੈਸੇ ਬਹੁਤ ਸਾਰੇ ਮਜ਼ਦੂਰ ਨੇ ਜਿਨ੍ਹਾਂ ਦੇ ਪੈਸੇ ਨਹੀਂ ਆਏ, ਤਕਰੀਬਨ 4-4 ਸਾਲਾਂ ਤੋਂ ਵੀ ਬੰਦੇ ਬੈਠੇ ਨੇ ਜਿਹੜਿਆਂ ਦੇ ਮਨਰੇਗਾ ਮਜ਼ਦੂਰਾਂ ਦੇ ਹਰ ਪਿੰਡ ਵਿੱਚ ਇਹ ਤਕਰੀਬਨ 35-40 ਪਿੰਡਾਂ ਦਾ ਧਰਨਾ ਜੀ। ਅਗਲਾ ਪ੍ਰੋਟੈਸਟ ਜੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਤਾਂ ਅਸੀਂ ਅੱਗੇ ਸੰਘਰਸ਼ ਲਈ ਤਿਆਰ ਰਹਾਂਗੇ। ਇਸ ਪੂਰੇ ਮਾਮਲੇ 'ਤੇ ਨਾਭਾ ਦੇ BDPO ਅਫਸਰ ਦਾ ਕਹਿਣਾ ਕਿ ਇਹਨਾਂ ਮਨਰੇਗਾ ਕਾਮਿਆਂ ਨੂੰ ਪਹਿਲਾਂ ਵੀ ਕੰਮ ਦਿੱਤਾ ਜਾ ਰਿਹਾ ਸੀ ਅਤੇ ਅੱਗੇ ਵੀ ਦਿੱਤਾ ਜਾਵੇਗਾ ਅਤੇ ਜਿਨ੍ਹਾਂ ਨੂੰ ਅਜੇ ਤੱਕ ਪੈਸੇ ਨਹੀਂ ਮਿਲੇ ਉਹ ਵੀ ਜਲਦ ਦਿੱਤੇ ਜਾਣਗੇ। ਇਹ ਮਨਰੇਗਾ ਕੰਮ ਨੇ ਜੀ, ਇਹਨਾਂ ਨੇ ਕੰਮ ਦੀ ਮੰਗ ਕੀਤੀ, ਅਸੀਂ ਜਿੱਥੇ ਜਿੱਥੇ ਹੁਣ ਪ੍ਰੋਜੈਕਟ ਸਾਡੇ ਪਾਸ ਹੋ ਗਏ ਮਤਲਬ ਉਹਦਾ ਕੰਮ ਦਿੱਤਾ ਜਾਊਗਾ, ਇਹਨਾਂ ਨੂੰ ਚੱਲ ਵੀ ਰਿਹਾ ਸਾਡਾ, ਹੁਣ ਵੀ ਅੱਜ ਘੱਟੋ ਘੱਟ 1800 ਲੇਵਰ ਲੱਗੀ ਹੋਈ ਆ, ਮਤਲਬ ਕੰਮ ਦੀ ਕੋਈ ਘਾਟ ਨਹੀਂ ਆਉਗੀ। ਮਤਲਬ ਇਹਨਾਂ ਨੇ ਮਤਲਬ ਸਾਨੂੰ ਇਹਨਾਂ ਨੇ ਐਪਲੀਕੇਸ਼ਨ ਦੇਣੀ, ਸਾਡਾ ਪ੍ਰੂਫ ਪ੍ਰੋਪਰ ਚੈਨਲ ਆ, ਮਤਲਬ ਪੰਚਾਇਤ ਕੋਲ ਦੇਣੀ, ਪੰਚਾਇਤ ਮਤਾ ਪਾ ਕੇ
ਅੱਗੇ ਸਾਡੇ ਕੋਲ ਆਉਂਦਾ ਅਸੀਂ ਆਈ ਡੀ ਸਾਹਿਬ ਕੋਲ ਅਤੇ ਉੱਥੇ ਪ੍ਰਵਾਨਗੀ ਮਿਲਦੀ ਹੈ ਕੰਮ ਦੀ, ਮਤਲਬ ਉਹਨੂੰ ਥੋੜ੍ਹਾ ਪ੍ਰੋਸੈਸ ਨੂੰ ਟਾਈਮ ਲੱਗਦਾ, ਇਹ ਕਹਿੰਦਾ ਸਾਨੂੰ ਇਮੀਜੀਏਟਲੀ ਕੰਮ, ਮਤਲਬ ਅਸੀਂ 2-4 ਦਿਨ ਸਾਡੇ ਕੋਲ ਪ੍ਰਵਾਨਗੀ ਆ ਜਾਣੀ, ਸਾਡੇ ਕੰਮ 'ਤੇ ਲੱਗ ਜਾਣਗੇ, ਕੰਮ ਦੀ ਕੋਈ ਘਾਟ ਨਹੀਂ ਸਾਡੇ ਕੋਲ, ਕੰਮ ਬਸ ਕਹਿ ਦੋ 15 ਦਿਨ ਦਾ ਪ੍ਰੋਸੈਸ ਤਾਂ ਹੈਗਾ ਸਾਡਾ, ਨਹੀਂ ਐਸਾ ਕੋਈ ਕੇਸ ਨਹੀਂ, ਜਿਹੜਾ ਕੋਈ ਹੈਗਾ ਉਹ ਮੈਨੂੰ ਕਾਪੀਆਂ ਦੇਣਾ ਆਪਣਾ, ਉਹ ਅਸੀਂ ਕਲੀਅਰ ਕਰ ਦਾਂਗੇ ਸਾਰਾ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ।